ਪੂਰੀ ਦੁਨੀਆ ਚ ਪਲੇਅਰ ਅਜ਼ਰਾਤ ਜਿਹੜੇ ਨੇ ਖਿਡਾਰੀ ਅਜ਼ਰਾਤ ਜਿਹੜੇ ਨੇ ਜਿਸ ਟਾਈਮ ਉਹ ਰਿਟਾਇਰਮੈਂਟ ਦੇ ਕਰੀਬ ਹੁੰਦੇ ਨੇ ਉਸ ਮੁਲਕ ਦਾ ਬੋਰਡ ਜਿਹੜਾ ਜਾਂ ਉਹ ਮੁਲਕ ਜਿਹੜਾ ਉਹ ਉਹਨਾਂ ਦੇ ਬਿਹਤਰੀਨ ਤਰੀਕੇ ਨਾਲ ਉਹਨਾਂ ਦਾ ਇਖਤਤਾਮੀ ਖਰਾਜੇ ਤਸੀਨ ਪੇਸ਼ ਕਰਦੇ ਨੇ ਔਰ ਉਹਨਾਂ ਤੋਂ ਰਿਟਾਇਰਮੈਂਟ ਲੈਂਦੇ ਨੇ ਸ਼੍ਰੀਲੰਕਾ ਵੇਖ ਲਓ ਇੰਡੀਆ ਵੇਖ ਲਓ ਬੰਗਲਾਦੇਸ਼ ਵੇਖ ਲਓ ਜਾਂ ਬਾਕੀ ਜਿੰਨੇ ਇੰਗਲਿਸ਼ ਕੰਟਰੀਜ਼ ਹਨ ਉੱਥੇ ਉਹਨਾਂ ਦੇ ਜਿੰਨੇ ਕੌਮੀ ਹੀਰੋਜ਼ ਹਨ ਤੋ ਉਹ ਜਿਸ ਟਾਈਮ ਰਿਟਾਇਰਮੈਂਟ ਲੈਂਦੇ ਨੂੰ ਬਕਾਇਦਾ ਤੌਰ ਤੇ ਉਹਨਾਂ ਆਖਰੀ ਮੈਚ ਦੇ ਦਿੰਦੇ ਨੇ ਸੀਰੀਜ਼ਾਂ ਦੇ ਦਿੰਦੇ ਨੇ ਔਰ ਉਹਨਾਂ ਬੜੀ ਇੱਜ਼ਤ ਨਾਲ ਅਲਵਦਾ ਕਰਦੇ ਨੇ ਇੱਕ ਕਾ ਸਾਡਾ ਬੋਰਡ ਹੈ ਪਾਕਿਸਤਾਨ ਕ੍ਰਿਕਟ ਬੋਰਡ ਪੀਸੀਬ ਨਹੀਂ ਭਾਈ ਆਦਤ ਹੈ ਭਈ ਇਹ ਨਕੀ ਸੇ ਪਲੇਅਰ ਨੂੰ ਨ ਚੰਗੇ ਤਰੀਕੇ ਨਾਲ ਅਲਵਦਾ ਨਹੀਂ ਕਰਨਾ ਮੁਹੰਮਦ ਯੂਸੇਫ ਦੁਨੀਆ ਦੇ ਬਿਹਤਰੀਨ ਬੈਟਸਮੈਨ ਆਈਸੀਸੀ ਰੈਂਕਿੰਗ ਵਿੱਚ ਨੰਬਰ 1 ਰਹਿ ਔਰ ਬੜਾ ਸਟਾਈਲਿਸ਼ ਬੈਟਸਮੈਨ ਤੋ ਰਜ਼ਾਕ ਦੁਨੀਆ ਦਾ ਬੈਸਟ ਆਲ ਰਾਊਂਡਰ ਰਹਾ ਕਿੰਨੇ ਮੈਚ ਪਾਕਿਸਤਾਨ ਨੂੰ ਜਿਤਵਾਏ ਕਿਤਨੀਆਂ ਸੀਰੀਜ਼ਾਂ ਪਾਕਿਸਤਾਨ ਨੂੰ ਜਿਤਵਾਇਆ ਆਖਰੀ ਦਿਹਾੜੇ ਜਲੀਲ ਕਿਦੋਂ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਕੋਈ ਨਹੀਂ ਲੱਗਾ ਮੈਂ ਰਿਟਾਇਰ ਕਰਨਾ ਨੂੰ ਹੈ ਇਨਜ਼ਮਾਮੁਲ ਹਕ ਨਾਲ ਹੀ ਉਹ سلسلہ ਹੋਇਆ ਉਸ ਤੋਂ ਬਾਅਦ ਸ਼ੁਏਬ ਅਖਤਰ ਇੰਡੀਆ ਗਿਆ ਤੇ ਆਖਰੀ ਮੈਚ ਖੇਡਣ ਵਾਸਤੇ ਵਿਚਾਰਾ ਕਲੀਨ ਸ਼ੇਵ ਕਰਵਾ ਕੇ ਬਾਹਰ ਬੈਠਾ ਰਿਹਾ ਇਹਨਾਂ ਹੋਰੀ ਪਲੇਅਰ ਨੂੰ ਖਿਡਾ ਲਿਆ ਅਖੀਰੀ ਉਸ ਨੂੰ ਆਪਣਾ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਪਿਆ ਬਾਈ ਮੈਂ ਕ੍ਰਿਕਟ ਛੱਡ ਦਿੱਤੀ ਹੈ ਮੇਰੀ ਰਿਟਾਇਰਮੈਂਟ ਹੋ ਗਈ ਯਾਨੀ ਇਹ ਬੋਲਡ ਉਸ ਦੁਨੀਆ ਦੇ ਫਾਸਟੈਸਟ ਬੋਲਰ ਦਾ अलविदा जीड़ा है ए उन खराजत तसीन पेश की। हुन जनाब मोहम्मद आमिर साहब आज बयान ਦਿੱਤਾ ओसाख्या मैं जनाब पाकिस्तान क्रिकेट टीम नाल مزید ক্রিকেট ਨਹੀਂ ਖੇਡ ਸਕਦਾ ਕਿਉਂਕਿ ए मैनेजमेंट ਜਿਹੜੀ ਹੈ ਇਹ टॉर्चर ਕਰਦੀ। ذہنی ਤੌਰ ਤੇ ذہنی ਦਬਾਅ ਦਾ ਸ਼ਿਕਾਰ ਪਲੇਅਰਾਂ ਨੂੰ ਰੱਖਦੀ ਹੈ। ਕਹਿ ਦੋਣ ਵਾਲੇ ਕੁਝ ਦਿਨਾਂ ਵਿੱਚ ਮੈਂ ਰਿਟਾਇਰਮੈਂਟ ਦਾ ਐਲਾਨ ਕਰਾਂ ਔਰ ਨਾਲ ਮੈਂ ਕੁਝ ਇਨਕਸ਼ਾਫ ਵੀ ਕਰਾਂ। ਔਰ ਇਹ ਗੱਲ ਉਦੀ ਹੈ ਵੀ ਸਹੀ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਹ ਬੰਦਿਆਂ ਨੂੰ ਜ਼ਲੀਲ ਜ਼ਰੂਰ ਕਰਦੀ ਕੌਮੀ ਹੀਰੋਜ਼ ਨੂੰ ਜ਼ਲੀਲ ਕਰਦੀ ਮਮਨ ਅਮੀਰ ਜਿਸ ਟਾਈਮ ਆਇਆ ਫਾਸਟ ਬਾਲਰ ਹੈ ਯੰਗ ਬੰਦਾ ਹੈ ਇੰਗਲੈਂਡ ਉੱਤੇ ਵੇ ਜਨਾਬ ਉਹਦਾ ਮਸਲਾ ਬਣ ਗਿਆ ਮੈਚ ਫਿਕਸਿੰਗ ਦਾ ਕੀਤੀ ਉਹਨਾਂ ਮੈਚ ਫਿਕਸਿੰਗ ਤੁਸੀਂ ਆਪ ਜਿਹੜਾ ਕੌਮ ਔਰ ਬੋਰਡ ਇੱਕ ਮਮਨ ਅਮੀਰ ਨੂੰ ਮਾਫੀ ਦਿੱਤੀ ਤੇ ਬਾਕੀ ਦੂਆ ਪਲੇਅਰਾਂ ਨੂੰ ਕੋਈ ਨਹੀਂ ਮਮਨ ਅਮੀਰ ਮਾਫੀ ਦਾ ਹੱਕ ਅਦਾ ਕਰ ਛੜਿਆ ਉਸ ਪਾਕਿਸਤਾਨ ਨੂੰ ਬਹੁਤ ਸਾਰੀਆਂ ਸੀਰੀਜ਼ਾਂ ਜਿੱਤਵਾਈਆਂ ਉਸ ਪਾਕਿਸਤਾਨ ਵਾਸਤੇ ਬੜੇ ਬਿਹਤਰੀਨ ਮੈਚੇਜ਼ ਖੇਲੇ ਔਰ ਇਹ ਹੁਣ ਰੀਸੈਂਟਲੀ ਚੈਂਪੀਅਨ ਟਰੋਫੀ ਪੂਰੀ ਉਸ ਸ਼ਾਨਦਾਰ ਖੇਡੂਰ ਫਾਈਨਲ ਦੇ ਵਿੱਚ ਉਸ ਤੁਹਾਡੇ ਪਹਿਲੇ 3 ਓਵਰਾਂ ਦੇ ਵਿੱਚ ਹੀ ਇੰਡੀਆ ਦੀਆਂ ਬਿਹਤਰੀਨ ਕੀ ਬੈਟਸਮੈਨ ਜਿਹੜੇ ਉਸ 3 ਓਵਰਾਂ ਦੇ ਵਿੱਚ ਤਰਾਵੇ ਬੈਟਸਮੈਨ ਆਊਟ ਕਰ ਛੱਡੇ ਔਰ ਤੁਸੀਂ ਚੈਂਪੀਅਨ ਟਰੋਫੀ ਜਿੱਤ ਗਏ ਇਸ ਟਾਈਮ ਤੁਸੀਂ ਚੈਂਪੀਅਨ ਟਰੋਫੀ ਦੇ ਚੈਂਪੀਅਨ ਨੂੰ نو ਦਾ ਸ਼ਿਕਵਾ ਹੈ ਕਿ ਜੀ ਟੀਮ ਮੈਨੇਜਮੈਂਟ ਮੈਂ ਬਕਾਇਦਾ ਤੌਰ ਤੇ 10 ਦਿਨ ਹੀ ਪੀਮੈਂਟ ਸਿਲੈਕਟ ਵੀ ਨਹੀਂ ਕਰਦੇ ਪਏ ਜਦਕਿ PSLH ਵੀ ਮੇਰੀ ਪਰਫਾਰਮੈਂਸ ਚੰਗੀ ਹੈ ਔਰ ਬਾਕੀ ਸੀਰੀਜ਼ ਹੈ ਯਾਨੀ 2020 ਔਰ ਵਨ ਡੇ ਦਾ ਅਜੇ ਵੀ ਬਿਹਤਰੀਨ ਬੋਲਰ ਹੈ ਲੇਕਿਨ ਮੈਨੇਜਮੈਂਟ ਉਸ ਨੂੰ ਕਨਸੀਡਰ ਹੀ ਨਹੀਂ ਕੀਤਾ ਇੰਜ ਨਹੀਂ ਕਰਨਾ ਚਾਹੀਦਾ ਜਿੰਨੇ ਪਲੇਅਰ ਹੈ ਉਹ ਕੌਮੀ ਹੀਰੋ ਹੁੰਦੇ ਨੇ ਬੋਰਡ ਔਰ ਕੌਮ ਦਾ ਇਹ ਹੱਕ ਬਣਦਾ ਹੈ ਕਿ ਉਹਨਾਂ ਨੂੰ ਅਖਤਤਾਮੀ ਦਿਆਂ ਦੇ ਵਿੱਚ ਆਖਰੀ ਦਿਆਂ ਦੇ ਵਿੱਚ ਉਹਨਾਂ ਨੂੰ ਖਰਾਜ ਤਸੀਨ ਪੇਸ਼ ਕਰਨਾ ਚਾਹੀਦਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਉਹ ਤੁਹਾਡੇ ਮੁਲਕ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਸਾਡੇ ਮੁਲਕ ਦਾ ਪਰਚਮ ਜਿਹੜਾ ਉਸ ਨੂੰ ਬੁਲੰਦ ਰੱਖਦੇ ਅਗਰ ਅਸੀਂ ਇਹ ਹੱਥ ਰੱਖਿਆ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਇਸ ਮੁਲਕ ਦੇ ਚਿਹਰੂਆਂ ਦੀ ਕਮੀ ਹੋਣਾ ਸ਼ੁਰੂ ਹੋਵੇ ਸੀਗੀ ਜਿਵੇਂ ਕਿ ਬਾਕੀ ਗੇਮਾਂ ਖਤਮ ਹੋ ਗਈਆਂ ਕੋ ਚੰਦ ਦੇ ਗੇਮਰ ਆ ਗਏ ਤਾਂ ਸਾਨੂੰ ਨਾ ਗੇਮਾਂ ਦੇ ਪਲੇਅਰਸ ਰਾ ਜਿਹੜੀ ਉਹਨਾਂ ਦੇ ਹਰ ਹਵਾਲੇ ਨਾਲ ਉਹਨਾਂ ਨੂੰ ਹੀਰੋ ਦਾ ਜਿਹੜਾ ਖਿਤਾਬ ਲਾਜ਼ਮੀ ਦੇਣਾ ਚਾਹੀਦਾ ਹੈ ਔਰ ਉਹਨਾਂ ਦੀ ਇਤਰਾਮ ਔਰ ਇੱਜ਼ਤ ਸਾਡੇ ਤੇ ਲਾਜ਼ਮੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਬ੍ਰਾ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋਸੋ ਔਰ ਮੇਰੇ ਨਾਲ ਇਤفاق ਕਰੋਸੋਗੇ ਆਪਣੇ ਹੀਰੋਜ਼ ਦਾ ਇਤਰਾਮ ਆਪ ਕਰਨਾ ਸਿੱਖੋ ਉਸ ਤੋਂ ਬਾਅਦ ਦੁਨੀਆ ਤੁਹਾਡਾ ਔਰ ਤੁਹਾਡੇ ਹੀਰੋ ਦਾ ਇਤਰਾਮ ਕਰਨਾ ਅਸਲਾਮੁਅਲੈਕ